ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ ਜੱਟ ਕਲੈਕਸ਼ਨ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਮਹਿੰਦਰਾ ਟਰੈਕਟਰ। ਆਪਣਾ ਟਰੈਕਟਰ ਖੜ੍ਹਾ ਜੀ, ਮਗਰ ਇਹ ਆਪਾਂ ਸੇਲ ਕਰਨਾ ਸਭ ਤੋਂ ਪਹਿਲਾਂ ਜੀ। ਅਤੇ ਇੱਕ ਹੋਰ ਲੈ ਗਿਆ ਆਪਾਂ ਟਰੈਕਟਰ ਦੀ ਇਕੱਲੀ ਇਕੱਲੀ ਖਾਸੀਅਤ ਤੁਹਾਨੂੰ ਦੱਸਾਂਗੇ। ਟਰੈਕਟਰ ਪੂਰਾ ਸਾਫ਼ ਹੈ, ਇੰਨੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ, ਬਸ ਗੱਲਾਂ ਹੀ ਛੱਡ ਦਿਉ। ਅਤੇ ਆ ਜਾਓ ਫਿਰ ਟਾਇਰਾਂ ਦੇ, ਟਾਇਰ ਨੇ ਜੀ ਇਹਦੇ 12 ਚੋਂ 28 ਦੇ, 60% ਟਾਇਰ ਪਏ ਨੇ ਇਹਦੇ ਹਲੇ, ਮੂਹਰਲੇ ਵੀ 60% ਪਏ ਨੇ। ਆ ਟਾਇਰ ਦੇਖ ਲਓ, ਬਾਕੀ ਰੰਗ ਰੁੰਗ ਦੇਖ ਲਓ ਆ, ਠੀਕ ਆ ਜੀ। ਆਪਣਾ 96 ਮਾਡਲ ਟਰੈਕਟਰ ਇਹ, ਅਤੇ ਪੂਰਾ ਵਧੀਆ ਕੰਡੀਸ਼ਨ ਦੇ ਵਿੱਚ ਹੈ, ਸਾਰਾ ਕੰਮ ਹੋਇਆ ਹੋਇਆ, ਕੋਈ ਪ੍ਰੋਬਲਮ ਨਹੀਂ, ਕੋਈ ਹੋਰ ਨੁਕਸ ਨਹੀਂ ਗਾ। ਆ ਸੀਟ ਵੀ ਨਵੀਂ ਪਵਾਈ ਆ, ਆ ਲਓ ਦੇਖ ਲਓ, ਆ ਹੁੱਕ ਵੀ ਐਨ ਪੂਰੀ ਵਧੀਆ ਪਵਾਈ ਹੋਈ ਆ, ਤਕੜੀ ਹੁੱਕ ਹੈ, ਆਮ ਹੁੱਕ ਨਹੀਂ ਹੈਗੀ ਮਹਿੰਦਰੇ ਵਾਲੀ, ਠੀਕ ਹੈ ਜੀ। ਬਾਕੀ ਲਾਈਟਾਂ ਲੁੱਟਾਂ ਹਾਰਨ ਸਾਰਾ ਕੁਝ ਵਰਕਿੰਗ ਕੰਡੀਸ਼ਨ ਦੇ ਵਿੱਚ ਪਿਆ, ਆ ਦੇਖੋ ਕੰਡੀਸ਼ਨ ਹੈ ਪੂਰੀ ਸਾਫ਼ ਆ। ਆ ਛਤਰੀ ਵੀ ਸਾਫ਼ ਪਈ ਆ, ਬਾਕੀ ਰੰਗ ਪਿੰਡ ਬਿਲਕੁਲ ਓਰਿਜਨਲ ਆ, ਬਿਲਕੁਲ ਸਾਫ਼ ਰੰਗ ਆ, ਠੀਕ ਆ ਜੀ। ਇੰਨਾ ਕਿ 18 ਪੂਰੀ ਟਰਾਲੀ ਖਿੱਚੀ ਜਾਂਦਾ ਪੱਟੂ, ਬਸ ਗੱਲਾਂ ਹੀ ਛੱਡ ਦਿਉ। ਤੁਸੀਂ ਵੀਡੀਓ ਵੀ ਚੈੱਕ ਕਰ ਲਿਓ, ਪਲੇ ਲਿਸਟ 'ਚ ਆਇਓ, ਪਲੇ ਲਿਸਟ 'ਚ ਮਹਿੰਦਰਾ ਵਾਲੇ ਸੈਸ਼ਨ 'ਚ, ਉੱਥੇ ਤੁਹਾਨੂੰ ਮਿਲ ਜੂਗੀ ਵੀਡੀਓ ਇਹਦੀ। ਜਾਂ ਫਿਰ ਮਹਿੰਦਰਾ ਭਰ ਲਿਓ, ਮਹਿੰਦਰਾ 275 ਵਰਸਸ 18 ਫੁੱਟ ਟਰਾਲੀ, ਆਹ ਚੀਜ਼ ਭਰ ਲਿਓ, ਦੇਖਿਓ ਫਿਰ ਜ਼ੋਰ ਦਿਖਾਉਂਦਾ, ਜ਼ੋਰ ਵੀ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾ ਦਾਂਗੇ। ਰੂਟਾਵੇਟਰ ਦੀ ਵੀ ਵੀਡੀਓ ਪਾਈ ਹੋਈ ਆ, ਕਲਟੀਵੇਟਰਾਂ ਦੀ ਵੀ ਪਾਈ ਹੋਈ ਆ, ਕੱਦੂ ਵਾਲੀ ਤਵੀਆਂ ਖਿੱਚੀ ਜਾਂਦਾ, ਉਹ ਖੜੀਆਂ ਤਵੀਆਂ, ਆਹ ਦਵੀਆਂ ਖਿੱਚਦਾ ਐਨ ਪੂਰੀਆਂ ਵਧੀਆ, ਕੋਈ ਪਰਵਾਹ ਨਹੀਂ ਕਰਦਾ ਹੈਗਾ, ਠੀਕ ਆ। ਅਤੇ ਹੁਣ ਆਪਾਂ ਗੱਲ ਕਰੀਏ ਇਹਦੇ ਪ੍ਰਾਈਸ ਦੀ, ਪ੍ਰਾਈਸ ਤਾਂ ਮੇਨ ਆ, ਪ੍ਰਾਈਸ ਇਹ ਆਪਾਂ ਤੁਹਾਨੂੰ ਦੇ ਦਾਂਗੇ 180 ਦਾ, 180 ਡਿਮਾਂਡ ਆ ਬਈ। ਅਤੇ 180 ਕਿਹੜਾ ਬੰਦਾ ਟਰੈਕਟਰ ਲੈ ਗਿਆ ਮੌਜਾਂ ਕਰੂਗਾ, ਠੀਕ ਹੈ ਨਾ। ਇੰਨਾ ਸੈੱਟ ਟਰੈਕਟਰ, ਇੰਨਾ ਸੈੱਟ ਟਰੈਕਟਰ ਤੁਹਾਨੂੰ ਕਿਤੋਂ ਮਿਲਣਾ ਹੀ ਨਹੀਂ ਗਾ। ਟਰੈਕਟਰ ਤਾਂ ਮਹਿੰਦਰੇ 275 ਹੋਰ ਵੀ ਨੇ, ਪਰ ਆਹ ਜਿਹੜੇ ਹੁਣ ਆਮ 275 ਦੀ ਗੱਲ ਕਰੀਏ, ਗੱਲਬਾਤ ਤਾਂ ਉਹਨਾਂ ਦੀ ਵੀ ਸਿਰ ਆ, ਬਾਕੀ ਹੋਰ ਮਹਿੰਦਰਿਆਂ ਦੀ, ਪਰ ਆਹ ਮਹਿੰਦਰੇ ਦੀ ਗੱਲ ਹੈ ਹੋਰ, ਬਸ ਇਹਨਾਂ ਸੈੱਟ ਟਰੈਕਟਰ ਨਾ ਗੱਲਾਂ ਹੀ ਛੱਡ ਦਿਉ। ਹੁਣ ਐਂ ਦੱਸੋ ਮੈਨੂੰ 18 ਫੁੱਟ ਖਿੱਚ ਲਓ ਕਿਤੇ 36 HP ਦੇ ਟਰੈਕਟਰ, ਆਹ ਕਲਾਚ ਕਲੋਚ ਹੈ ਆਪਣਾ, ਬਹੁਤ ਗੱਲਾਂ ਹੀ ਛੱਡ ਦਿਓ ਭਾਈ। ਦੋ ਵਾਲ ਖਿੱਚਦਾ ਹੈ, 2 MB ਪਲੋ ਸਿੰਗਲ, ਬਾਕੀ ਸੀਟ ਨਵੀਂ ਪਾਈ ਹੋਈ ਆ। ਬਾਕੀ ਯਾਰ ਜੇ ਕੋਈ ਟਰੈਕਟਰ ਦੀ ਹੋਰ ਕੋਈ ਗੱਲ ਪੁੱਛਣੀ ਆ, ਕੋਈ ਗੱਲ ਰਹਿ ਗਈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਲਿਓ, ਨਾਲ ਦੀ ਨਾਲ ਆਂਸਰ ਮਿਲ ਜੂਗਾ, ਠੀਕ ਆ ਜੀ।